ਪੰਜਾਬ ਦੀ ਧਰਤੀ ਜਿਹਨੂੰ ਪੰਜ ਦਰਿਆਵਾਂ ਦੀ ਧਰਤੀ ਹੋਣ ਦਾ ਮਾਣ ਹਾਸਲ ਹੈ। ਛੇਵਾਂ ਦਰਿਆ ਵਗ ਰਿਹਾ ਨਸ਼ਿਆਂ ਦਾ। ਇੱਕ ਵੇਲਾ ਹੁੰਦਾ ਸੀ ਜਦੋਂ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਿਆ, ਜਦੋਂ ਕਿਲ੍ਹਾ ਛੱਡਿਆ ਤੇ ਪੰਜ ਪੰਜ ਛੇ ਛੇ ਫੁੱਟ ਦੇ ਨੌਜਵਾਨ ਜਿਨ੍ਹਾਂ ਨੂੰ ਸਰਸਾ ਨਦੀ ਨਹੀਂ ਡਬੋ ਸਕੀ ਸੀ, ਜਿਵੇਂ ਇੱਥੇ ਬੁਲਾਰੇ ਬੋਲ ਕੇ ਗਏ ਕਿ ਉਹ ਅੱਜ ਪੰਜ ਫੁੱਟ ਛੇ ਛੇ ਫੁੱਟ ਦੇ ਨੌਜਵਾਨ ਨਸ਼ਿਆਂ ਦੇ ਵਿੱਚ ਡੁੱਬ ਚੁੱਕੇ ਆ। ਕਹਿਣ ਦਾ ਭਾਵ ਸ਼ਰਾਬ 3 ਇੰਚ ਸ਼ਰਾਬ ਤੇ 2 ਇੰਚ ਪਾਣੀ ਪਾ ਕੇ ਪੀਤਾ ਜਾਂਦਾ, ਜਾਂ ਜਿਹੜੀਆਂ ਮੈਡੀਕਲਾਂ ਦੇ ਉੱਤੋਂ ਕ੍ਰਿਸ ਦੀਆਂ ਸੀਸੀਆਂ ਮਿਲਦੀਆਂ ਨੇ, ਉਹ ਪੰਜ ਪੰਜ ਛੇ ਛੇ ਫੁੱਟ ਦੇ ਨੌਜਵਾਨ 5 ਇੰਚ ਦੀਆਂ ਸੀਸੀਆਂ ਦੇ ਵਿੱਚ ਡੁੱਬ ਚੁੱਕੇ ਆ। ਇੱਕ ਵੇਲਾ ਹੁੰਦਾ ਸੀ, ਅੱਜ ਵੀ ਅਸੀਂ ਬਾਬਾ ਦੀਪ ਸਿੰਘ ਦਾ ਨਾਂ ਬੜੇ ਮਾਣ ਨਾਲ ਲੈਂਦੇ ਹਾਂ ਕਿ ਸੀਸ ਤਲੀ ਤੇ ਧਰ ਕੇ ਉਹ ਲੜੇ ਨੇ, ਤਲੀ ਅੱਜ ਵੀ ਸਾਡੇ ਨੌਜਵਾਨਾਂ ਦੀਆਂ ਬਿਲੀਆਂ ਨਹੀਂ, ਉਹਨਾਂ ਤਲੀਆਂ ਦੇ ਉੱਤੇ ਸੀਸ ਆ ਗਏ ਨੇ, ਉਹਨਾਂ ਤਲੀਆਂ ਦੇ ਉੱਤੇ ਕੀ ਆ ਗਏ ਨੇ, ਉਹਨਾਂ ਤਲੀਆਂ ਦੇ ਉੱਤੇ ਜਰਦੇ ਆ ਗਏ ਨੇ। ਇੱਕ ਵੇਲਾ ਹੁੰਦਾ ਸੀ ਜਦੋਂ ਗੋਰਿਆਂ ਤੋਂ ਸਾਡੇ ਪੱਗ ਸਰਾਬੇ ਗੱਦਰੀ ਬਾਬਿਆਂ ਨੇ ਦੇਸ਼ ਨੂੰ ਆਜ਼ਾਦ ਕੀਤਾ, ਝਾੜਾਂ ਬੂਟੀਆਂ ਦੇ ਵਿੱਚ ਬੈਠ ਕੇ ਵਿਚਾਰਾਂ ਕਰਦੇ ਸੀ ਕਿ ਕਿਵੇਂ ਧਰਤੀ ਮਾਂ ਨੂੰ ਆਜ਼ਾਦ ਕਰਾਉਣਾ ਹੈ। ਅੱਜ ਵੀ ਝਾੜਾਂ ਬੂਟੀਆਂ ਬੇਲੀਆਂ ਨੇ, ਤੁਸੀਂ ਕਿਤੇ ਖੰਡਰ ਵੇਲਿਆਂ ਦੇ ਵਿੱਚ ਜਾ ਕੇ ਦੇਖ ਲਓ, ਉੱਥੇ ਸਾਡੇ ਨੌਜਵਾਨ ਜਿਹੜੇ ਸੌਖਾ ਪੀਤਾ ਮਿਲਣਗੇ, ਉੱਥੇ ਸਵੈਕਾਂ ਪੀਤੀਆਂ ਜਾਂਦੀਆਂ ਨੇ, ਚਿੱਟੇ ਪੀਤੇ ਜਾਂਦੇ ਆ। ਇੱਕ ਜਗ੍ਹਾ ਕਿਸੇ ਲੇਖਕ ਨੇ ਲਿਖਿਆ ਹੈ ਕਿ ਮੈਂ ਤੁਹਾਡੀ ਦੇਸ਼ ਦੀ ਜਵਾਨੀ ਨੂੰ ਬਿਆਨ ਕਰ ਸਕਦਾ, ਮੈਨੂੰ ਇੱਕ ਗੱਲ ਦੱਸ ਦਿਓ ਤੁਹਾਡੀ ਦੇਸ਼ ਦੀ ਜਵਾਨੀ ਦੇ ਜ਼ੁਬਾਨ ਦੇ ਉੱਤੇ ਗੀਤ ਕਿਸ ਤਰ੍ਹਾਂ ਦੇ ਨੇ। ਅੱਜ ਸਾਡੀ ਜਵਾਨੀ ਦੀ ਜਵਾਨ ਦੇ ਉੱਤੇ ਗੀਤ ਕਿਸ ਤਰ੍ਹਾਂ ਦੇ ਨੇ, ਗੀਤ ਗਾਉਂਦੇ ਨੇ ਕਿ ਆ ਗਏ ਪੱਗਾਂ ਪੋਚੀਆਂ ਵਾਲੇ, ਰਹੀ ਬਚ ਕੇ ਨਿਰੰਗਲੇ ਦੁਪੱਟੇ ਵਾਲੀਏ, ਇਤਿਹਾਸ ਗਵਾਏ ਜਦੋਂ ਅਬਦਾਲੀ ਸਾਡੀਆਂ ਧੀਆਂ ਭੈਣਾਂ ਨੂੰ ਲੈ ਕੇ ਜਾਂਦੇ ਹੁੰਦੇ ਸੀਗੇ ਅਬਦਾਲੀ ਵਰਗੇ, ਤਾਂ ਉਦੋਂ ਇਹੀ ਸਿੱਖ ਨੌਜਵਾਨ ਉਹਨਾਂ ਧੀਆਂ ਭੈਣਾਂ ਨੂੰ ਉਹਨਾਂ ਤੋਂ ਬਚਾ ਕੇ ਘਰਾਂ ਤੱਕ ਬਾਜ ਤੇ ਲੈ ਕੇ ਜਾਂਦੇ ਹੁੰਦੇ ਸੀ, ਤੇ ਅੱਜ ਦੇ ਗਾਇਕ ਕਹਿੰਦੇ ਕਿ ਇੱਕ ਪੱਗ ਤੋਂ ਸਾਡੀਆਂ ਭੈਣਾਂ ਨੂੰ ਸਾਡੀਆਂ ਧੀਆਂ ਨੂੰ ਖਤਰਾ ਹੈ। ਗੀਤ ਗਾਉਂਦੇ ਆ ਕਿ ਕੈਮਰਾ ਬੰਦੂਕ ਤੇ ਮਸ਼ੂਕ ਮਿੱਤਰੋ, ਤਿੰਨੇ ਹੀ ਚਲਾਉਣੇ ਪੈਂਦੇ ਅੱਖ ਦੱਬ ਕੇ, ਕਿਸੇ ਸਿਆਣੇ ਬਜ਼ੁਰਗ ਨੂੰ ਪੁੱਛ ਕੇ ਦੇਖਿਓ ਕਿ ਇਹਦਾ ਮਤਲਬ ਕੀ ਹੈ। ਜਦੋਂ ਸਾਡੇ ਬੱਚੇ ਸਾਨੂੰ ਸਵਾਲ ਕਰਨਗੇ ਕਿ ਕੈਮਰਾ ਕੀ ਹੁੰਦਾ, ਅਸੀਂ ਦੱਸ ਸਕਦੇ ਹਾਂ, ਬੰਦੂਕ ਕੀ ਹੁੰਦੀ ਹੈ ਅਸੀਂ ਦੱਸ ਸਕਦੇ ਹਾਂ, ਪਰ ਜਿੱਦੇ ਸਾਡੇ ਬੱਚਿਆਂ ਨੇ ਸਾਨੂੰ ਇਹ ਸਵਾਲ ਕੀਤਾ ਕਿ ਮਸ਼ੂਕ ਕੀ ਹੁੰਦੀ ਹੈ, ਕਿਸੇ ਕੋਲ ਜਵਾਬ ਨਹੀਂ ਹੋਊਗਾ, ਘੱਟੋ ਘੱਟ ਸਾਡੇ ਕੋਲ ਤਾਂ ਇਸ ਚੀਜ਼ ਦਾ ਜਵਾਬ ਹੈ ਨਹੀਂਗਾ। ਗੀਤ ਗਾਉਂਦੇ ਕਿ ਕਚਹਿਰੀਆਂ 'ਚ ਮੇਲੇ ਲੱਗਦੇ, ਪੁੱਛ ਕੇ ਦੇਖਿਓ ਕਿਸੇ ਬੁੱਢੜੇ ਬਾਪ ਨੂੰ ਜਿਹਦੀ ਧੀ ਦਾ ਪਿੱਛੇ ਛਾੜੀ ਗਈ ਹੋਵੇ, ਜਦੋਂ ਕਚਹਿਰੀਆਂ ਤਰੀਕਾ ਭੁਗਤਣ ਜਾਂਦਾ ਕਿਹੜੇ ਉੱਥੇ ਮੇਲੇ ਲੱਗਦੇ ਆ। ਗੀਤ ਗਾਉਂਦੇ ਆ ਕਿ ਹੋਇਆ ਕੀ ਜੇ ਨੱਚ ਲਈ ਨੀ ਬਾਹ ਫੜ ਲਈ, ਡਾਕਾ ਤਾਂ ਨਹੀਂ ਮਾਰਿਆ, ਉਹ ਪੰਜਾਬੀਓ, ਉਹ ਸਿੱਖੋ, ਉਹ ਦੇਖ ਪੰਗਤ ਸਰਾਬੇ ਗਦਰੀ ਬਾਬੇ ਦੀ ਔਲਾਦੋ, ਕਿਤੇ ਸੋਚ ਕੇ ਦੇਖੇ ਡੁੱਬਾ ਦਾ ਡਾਕਾ। ਮੈਂ ਕਹਿੰਦਾ ਹੋਰ ਹੋ ਵੀ ਨਹੀਂ ਸਕਦਾ ਜੇ ਸਾਡੀਆਂ ਧੀਆਂ ਭੈਣਾਂ ਦੀਆਂ ਬਾਹਾਂ ਫੜਨ ਲੱਗ ਗਏ। ਉੱਥੇ ਸਾਡੀਆਂ ਧੀਆਂ ਨੱਚ ਰਹੀਆਂ ਹੁੰਦੀਆਂ, ਉੱਥੇ ਸਾਡੀਆਂ ਭੈਣਾਂ ਨੱਚ ਰਹੀਆਂ ਹੁੰਦੀਆਂ, ਤੇ ਅਸੀਂ ਲਲਕਾਰੇ ਮਾਰਦੇ ਆ ਕਿ ਤੂੰ ਨਹੀਂ ਬੋਲਦੀ ਰਕਾਨੇ, ਤੂੰ ਨਹੀਂ ਬੋਲਦੀ, ਤੇਰੇ 'ਚ ਤੇਰਾ ਯਾਰ ਬੋਲਦਾ, ਫਿਰ ਜੇ ਅਸੀਂ ਬੋਲਣ ਜੋਗੇ ਨਹੀਂ ਰਹੇ ਤੇ ਅਗਲੇ ਦਾ ਭਾਈ ਬੋਲਣਗੇ, ਇਹਦਾ ਜਵਾਬ ਤੁਸੀਂ ਦੇਣਾ ਹੈ। ਇਹ ਸਾਡੀ ਜਵਾਨੀ ਨੂੰ ਜਵਾਬ ਦੇਣਾ ਪੈਣਾ, ਸਾਡੇ ਲੋਕਾਂ ਨੂੰ ਜਵਾਬ ਦੇਣਾ ਪੈਣਾ ਹੈ। ਅਸੀਂ ਸਕੂਲਾਂ ਕਾਲਜਾਂ ਵਿੱਚ ਜਾਂਦੇ, ਸਰਪੰਚ ਸਾਹਿਬ ਨੂੰ ਇਹ ਨੇੜੇ ਪਿੰਡ ਦੇ ਕਾਲਜ ਉੱਥੇ ਮਿਲੇ ਸੀਗੇ, ਇੱਕ ਨੌਜਵਾਨ ਮਿਲਿਆ, ਕਹਿੰਦੇ ਬਾਈ ਜੀ ਜਿਹੜੇ ਨਸ਼ਿਆਂ ਦੀ ਤੁਸੀਂ ਗੱਲ ਕਰਦੇ ਹੋ ਤਾਂ ਨਸ਼ੇ ਬਹੁਤ ਦੂਰ ਹੋ ਚੁੱਕੇ ਆ। ਫਿਰ ਕਿਹਾ ਨਸ਼ੇ ਕਿਹੜੇ ਕਰਦੇ ਹੋ? ਕਹਿੰਦੇ ਬਜ਼ੁਰਗ ਹੁੰਦੇ ਨਾ ਬਜ਼ੁਰਗ ਸਾਡੇ ਘਰਾਂ ਦੇ ਵਿੱਚ, ਜਦੋਂ ਜੋੜ ਦਰਦ ਕਰਦੇ ਤਾਂ ਆਇਓਡੈਕਸ ਲਾਉਂਦੇ ਆ, ਉਹਨਾਂ ਆਇਓਡੈਕਸ ਨੂੰ ਬ੍ਰੈਡ ਦੇ ਉੱਤੇ ਮਲ ਕੇ ਲਾਇਆ ਜਾਂਦਾ ਹੈ। ਪੈਰਾਂ ਦੇ ਉੱਤੇ ਜਿਹੜੇ ਸਾਡੇ ਬੂਟ ਪਾਏ ਹੁੰਦੇ ਆ, ਉਹਨਾਂ ਬੂਟਾਂ ਨੂੰ ਪਾਲਸ ਕਰਨ ਵਾਸਤੇ ਜਿਹੜੀ ਪਾਲਸ ਵਰਤੀ ਜਾਂਦੀ ਆ, ਉਹਨੂੰ ਸਿਰ ਦੇ ਉੱਤੇ ਚੱਸਿਆ ਜਾਂਦਾ ਹੈ। ਇੱਕ ਇਦੋਂ ਵੀ ਖਤਰਨਾਕ ਨਸ਼ਾ ਕੀ ਹੈ, ਪਿਛਲੇ ਦਿਨੀ ਰੋਪੜ ਦੇ ਅਖਬਾਰਾਂ ਨੇ ਖਬਰਾਂ ਲਾਈ ਕਿ 14-14, 15-15 ਸਾਲ ਦੇ ਜਿਹੜੇ ਬੱਚੇ ਆ ਉਹ ਅਸੀਂ ਟੂਬਾ ਪੈਂਚਰ ਲਵਾਉਣੇ ਨਾ, ਪੈਂਚਰ ਲਾਉਣੇ, ਉਹ ਸਲੋਸਣ ਜਿਹੜਾ ਉਹਨਾਂ ਨੂੰ ਸੁੰਘਿਆ ਜਾਂਦਾ, ਸਿਰਫ 5 ਮਿੰਟ ਦੇ ਵਿੱਚ ਨਸ਼ਾ ਕਰਦਾ ਹੈ। ਇਦੋਂ ਵੀ ਖਤਰਨਾਕ ਨਸ਼ਾ ਕੀ ਹੈ, ਕਹਿੰਦੇ ਕਿ ਡੱਡੂ ਨੂੰ ਬੰਨ ਲਿਆ ਜਾਂਦਾ ਹੈ, ਇੱਕ ਡੱਡੂ ਨੂੰ ਬੰਨ ਲਿਆ ਜਾਂਦਾ ਤੇ ਜਦੋਂ ਉਹਦੇ 'ਤੇ ਮੁੜਕਾ ਉਹਨਾਂ ਨੂੰ ਚੱਟਿਆ ਜਾਂਦਾ ਹੈ। ਮੈਂ ਕਿਸੇ ਸਾਇੰਸ ਦੇ ਅਧਿਆਪਕ ਨੂੰ ਪੁੱਛਿਆ ਦਾ ਮਤਲਬ ਕੀ ਹੈ, ਉਹ ਕਹਿੰਦੇ ਮੁੜਕਾ ਡੱਡੂ ਨੂੰ ਉਦੋਂ ਆਉਂਦਾ ਜਦੋਂ ਉਹ ਤੋਂ ਜ਼ਹਿਰੀਲਾ ਜਾਨਵਰ ਉਹਨੂੰ ਦਿੰਦਾ ਹੈ। ਕਹਿਣ ਦਾ ਭਾਵ ਵੀ ਉਹਨੂੰ ਮੁੜਕਾ ਉਦੋਂ ਆਉਂਦਾ ਜਦੋਂ ਉਹ ਤੋਂ ਜ਼ਹਿਰੀਲਾ ਜਾਨਵਰ ਉਹਨੂੰ ਦਿੰਦਾ, ਵੀ ਜਦੋਂ ਸੱਪ ਨੂੰ ਡੰਗ ਮਾਰਦਾ ਜਾਂ ਨੌਲਾ ਡੰਗ ਮਾਰਦਾ ਹੈ ਤਾਂ ਉਹਨੂੰ ਜ਼ਹਿਰ ਨਹੀਂ ਚੜ੍ਹਦੀਗੀ, ਤੇ ਜਦੋਂ ਸਾਡੀ ਉਹ ਜਵਾਨੀ ਮੁੜਕਾ ਚੱਟ ਰਹੀ ਹੋਊਗੀ, ਜਦੋਂ ਪੀ ਰਹੀ ਹੋਊਗੀ, ਤੇ ਉਹ ਕਿੰਨਾ ਚਿਰ ਜਿਉਂਦੀ ਰਹਿ ਸਕਦੀ ਹੈ ਅੰਦਾਜ਼ਾ ਤੁਸੀਂ ਲਾ ਸਕਦੇ ਹੋ।